ਬਾਬਾ ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਚਨਾਬ ਸਾਹਿਬ ਜੀ। ਠੀਕ ਹੈ ਜੀ। ਰਾਜਾ ਸਿੰਘ ਨਾਮ। ਠੀਕ ਹੈ ਜੀ। ਤੁਸੀਂ ਕੀ ਚਾਹੁੰਦੇ ਹੋ ਵੀ ਖਾਸ ਖਾਸ ਦੀ ਖੇਤੀ ਆਪਣੇ ਪੰਜਾਬ ਚ ਹੋਣੀ ਚਾਹੀਦੀ ਹੈ ਜੀ? ਅਸੀਂ ਐਂ ਚਾਹੁੰਦੇ ਹਾਂ ਜੀ ਵੀ ਜੇ ਭੁੱਕੀ ਨਾ ਇਹ ਚਾਲੂ ਹੋਈ ਖੀਮ ਖਾਸ ਖਾਸ, ਹਾਂਜੀ ਹਾਂਜੀ, ਤੇ ਸਾਡਾ ਪੰਜਾਬ ਖਤਮ ਹੋਜੂ, ਆਉਣ ਵਾਲੀ ਪੀੜ੍ਹੀ ਖਤਮ ਆ ਸਾਡੀ। ਠੀਕ ਹੈ। ਬਾਲ ਬੱਚੇ ਪੁੱਤ ਭਤੀਜੇ ਸਭ ਫੇਲ ਆ। ਠੀਕ ਹੈ ਜੀ। 40 ਸਾਲ ਖਾਧੀਆ ਫੱਦਾ ਡਾਂਗ। ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਗੋਲੀਆਂ ਚਿੱਟਾ ਵਗੈਰਾ ਨਸ਼ਾ ਕਰਦੇ? ਵੀ ਇਹ ਉਹ ਵੀ ਛੱਡ ਦੇਣਗੇ, ਨਹੀਂ ਮਰ ਜਾਣਗੇ, ਬਚਦੇ ਹੈ ਹੀ ਨਹੀਂ। ਠੀਕ ਹੈ ਜੀ। ਅੱਧੀਆਂ ਤਾਂ ਸਾਡੇ ਹੁਣ ਭੁੰਕਦੀਆਂ ਫਿਰਦੀਆਂ, ਕਿਉਂ ਜਿਨ੍ਹਾਂ ਦੇ ਆਦਮੀ ਮਰ ਕੇ ਭੁੰਕਦੀਆਂ। ਅੱਛਾ, ਜੇ ਗੋਲੀਆਂ ਖਾਈ ਗਏ ਤਾਂ ਟੀਵੀਆਂ ਅਰਗੇ ਉਹ ਹੋ ਜਾਂਦੇ, ਜੇ ਖਾਧੀ ਖਸ ਖਸ, ਹਾਂਜੀ ਹਾਂਜੀ, ਤੇ ਫੇਰ ਤੂੰ ਐਂ ਸਮਝ ਲੈ ਜਿਵੇਂ ਬਸਤਾ ਜ਼ਿਮੀਦਾਰ ਜੇ ਉਹ ਬੀਜਣਗੇ ਉਹਨਾਂ ਦੀ ਵੀ ਆਮਦਨ ਚ ਫਰਕ ਪਊਗਾ ਜੀ? ਪੂਰੇ ਪਊ ਜੀ। ਮੈਂ ਤੈਨੂੰ ਦੱਸਾਂ ਕਿ 40 ਸਾਲ ਭੁੱਕੀ 10 ਰੁਪਈਆਂ ਤੋਂ ਚੱਲ ਕੇ ਕਿੰਨਾ ਕਿੱਥੇ ਉੱਠਗੀ? 10 ਰੁਪਈਏ ਮੇਰੀ ਖਰੀਦੀ ਆ। ਆਪਣੇ ਪੰਜਾਬ ਚ ਵੀ ਪੈਸਾ ਵਧੂਗਾ ਕੋਈ? ਜਿਹੜਾ ਰਾਜਸਥਾਨ ਵਗੈਰਾ ਜਾਂਦਾ ਆਪਣੇ ਪੰਜਾਬ ਨੂੰ ਆਮਦਨ ਦਾ ਫਰਕ ਪਊਗਾ? ਜੇ ਕਿਸੇ ਨੇ ਪੈਸਾ ਮੈਥੋਂ ਪੁੱਛਣਾ, ਮੈਂ ਏਜੰਟ ਲੈਣਾ ਰਾਜਸਥਾਨ ਦਾ, ਰੁਪਈਏ ਹੱਥ ਨੂੰ ਚੱਕੀ ਦੇਣੀ ਸੀ, ਕਾਰਾਂ ਭਰ ਭਰ ਲਿਜਾਂਦੇ, ਅਸੀਂ ਤਾਂ ਫੇਲ ਕਰਤੇ ਰਾਜਸਥਾਨ। ਹਾਂਜੀ ਹਾਂਜੀ। ਕਿਉਂ ਵੀ ਜਿਹੜਾ ਪੰਜਾਬ ਚ ਆਪਣੇ ਵੀ ਫੋਸਤ ਫੀਮ ਜਾਂ ਕੋਈ ਵੀ ਨਸ਼ਾ ਦੇ ਉਹ ਹੁੰਦਾ ਤੇ ਉਹ ਪੈਸਾ ਉਹੀ ਪੈਸਾ ਆਪਣੇ ਪੰਜਾਬ ਚ ਰਵੇ ਤੇ ਖੁਸ਼ਹਾਲ ਹੋਵੇ, ਕਿੱਥੇ ਇਹ ਪੈਸਾ ਆਪਣੇ ਬਾਹਰਲੇ ਸੂਬਿਆਂ ਜਾਂਦਾ? ਹਾਂਜੀ। ਇਹ ਪੈਸਾ ਪੰਜਾਬ ਦਾ ਪੰਜਾਬ ਚ ਰਹੇ ਤਾਂ ਪੰਜਾਬ ਬਚ ਹੀ ਰਹੇ, ਨਹੀਂ ਤਾਂ ਖਤਮ ਆ ਪੰਜਾਬ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਇੱਕ ਇਹ ਵੀ ਗੱਲ ਕਹਾਉਣੀ ਚਾਹੁੰਦਾ ਜੀ, ਇਹ ਕਿੱਲੇ ਚੋਂ ਮੰਨ ਲਓ ਪਹਿਲਾਂ ਇਹ ਚੋਂ ਫੀਮ ਲੈਂਦੀ ਆ, ਫਿਰ ਖਸ ਖਸ ਵੇਖਦੀ ਏ, ਫਿਰ ਧੂਰਾ ਪੋਸਟ ਵੇਖਦਾ ਜੀ, ਘੱਟੋ ਘੱਟ 4-5 ਲੱਖ ਰੁਪਏ ਦੀ ਆਮਦਨ ਆਈ ਇਹਦੀ ਆਪਣੇ ਕਿਸਾਨ ਨੂੰ। ਤੇ ਹੁਣ ਗੌਰਮੈਂਟ ਕਰ ਰਹੀ ਕਰਜ਼ਾ ਮਾਫੀ, ਮੈਨੂੰ ਇਹ ਜਾਪਦਾ ਕਿ ਇਹ ਆਪਾਂ ਨੂੰ ਖਸ ਖਸ ਦੀ ਖੇਤੀ ਦੀ ਮੰਗ ਦੇ ਦੇਣਾ, ਫੁੱਲ ਦੇ ਦੇਣਾ, ਤਾਂ ਕਿਸਾਨ ਆਪਦੇ ਕਰਜ਼ੇ ਆਪੇ ਲਾ ਲੂ। ਨਾ ਜੀ, ਸਾਨੂੰ ਕਰਜ਼ੇ ਛਡਾਉਣ ਦੀ ਲੋੜ ਨਹੀਂ, ਇਹੀ ਸਾਡੀ ਖਸ ਖਸ ਹੀ ਬਜਾ ਦੇਣ। ਹਾਂਜੀ ਹਾਂਜੀ। ਕਰਜ਼ੇ ਕੁਰਜ਼ੇ ਦਾ ਅਸੀਂ ਫੱਟੇ ਚੱਕ ਦੇਣਗੇ। ਹਾਂਜੀ ਬਾਈ ਜੀ, ਇਹ ਆਪਣੇ ਬਾਪੂ ਸੀ ਮਾਈ ਸਰ ਖਾਨ ਤੋਂ ਜੀ? ਨਹੀਂ, ਚਨਾਥਲ ਪਿੰਡ। ਚਨਾਥਲ ਪਿੰਡ ਰਾਜਾ ਸਿੰਘ ਮੈਂਬਰ। ਰਾਜਾ ਸਿੰਘ ਮੈਂਬਰ ਜੀ, ਤੇ ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਨੇ ਆਪਣੇ ਨਾਲ ਵਿਚਾਰ ਸਾਂਝੇ ਕਰੇ ਜੀ। ਧੰਨਵਾਦ।